ਸਾਨੂੰ ਇਸ ਵੇਲੇ ਦੇਖੋ ਬਿਜਲੀ ਪਾਵਰ ਦਾ ਮਹਿਕਮਾ ਜਿਹੜਾ ਬਹੁਤ ਜ਼ਰੂਰੀ ਮਹਿਕਮਾ ਇਸ ਵੇਲੇ ਗਰਮੀ ਚੱਲ ਰਹੀ ਆ ਫੈਕਟਰੀਆਂ ਨੂੰ ਘਰਾਂ ਨੂੰ ਫਾਰਮਰਸ ਨੂੰ ਸਭ ਨੂੰ ਇਸ ਵੇਲੇ ਬਿਜਲੀ ਦੀ ਸਭ ਤੋਂ ਜ਼ਰੂਰੀ ਆਹ ਟਾਈਮ ਆ ਸਿੱਧੂ ਸਾਹਿਬ ਫੈਸਲਾ ਕਰ ਲੈਣ ਜੇ ਤਾਂ ਉਹਨਾਂ ਨੇ ਇਹ ਮੌਕਾ ਸਾਂਭਣਾ ਹੈ ਤਾਂ ਆ ਕੇ ਇਸ ਹਫ਼ਤੇ ਦੇ ਵਿੱਚ ਵਿੱਚ ਆਪਣਾ ਚਾਰਜ ਸਾਂਭ ਲੈਣ ਮੈਂ ਤਾਂ ਇੱਕ ਐਜ਼ ਏ ਵਰਕਰ ਦੇ ਤੌਰ 'ਤੇ ਗੱਲ ਕਰਦਾ ਜੋ ਅੱਜ ਹਰੇਕ ਪੰਜਾਬੀ ਦੇ ਦਿਮਾਗ 'ਚ ਨਹੀਂ ਉਹ ਇਸ ਮਹਿਕਮੇ ਨੂੰ ਅਲਵਿਦਾ ਕਹਿ ਕੇ ਆਪਣਾ ਵੀ ਮੈਨੂੰ ਮਿਨਿਸਟਰੀ ਦੀ ਲੋੜ ਨਹੀਂ ਮੈਂ ਐਜ਼ ਏ ਐੱਮ ਐੱਲ ਏ ਕੰਮ ਕਰਨਾ ਚਾਹੁੰਦਾ ਪਾਰਟੀ ਵਰਕਰ ਕੰਮ ਕਰਨਾ ਚਾਹੁੰਦਾ ਹਰੇਕ ਕੋਲ ਮਿਨਿਸਟਰੀ ਆ ਅਤੇ ਮਿਨਿਸਟਰੀ ਤੋਂ ਬਗੈਰ ਕੋਈ ਰਹਿ ਨਹੀਂ ਸਕਦਾ ਹੋਰ ਬਹੁਤ ਸਾਡੇ ਕਾਬਲ ਲੋਕ ਨੇ ਜਿਹੜੇ ਬੈਠੇ ਆ ਕਾਂਗਰਸ ਪਾਰਟੀ 'ਚ ਜਿਨ੍ਹਾਂ ਨੂੰ ਮੰਤਰੀ ਸੀ ਐੱਮ ਸਾਹਿਬ ਬਣਾਉਣਗੇ ਅਤੇ ਉਹ ਮਹਿਕਮੇ ਸਾਂਭਣਗੇ ਇਹ ਫੈਸਲਾ ਉਹਨਾਂ ਨੂੰ ਹਫ਼ਤੇ 'ਚ ਕਰ ਲੈਣਾ ਚਾਹੀਦਾ ਮੈਂ ਅੱਜ ਖਾਸ ਤੌਰ 'ਤੇ 2 ਦਿਨ ਹੋ ਗਏ ਪਾਰਲੀਮੈਂਟ ਤੋਂ ਬਾਅਦ ਵੀ ਆਇਆ ਪਾਰਲੀਮੈਂਟ 'ਚ ਵੀ ਹਰ ਇਹੀ ਬੰਦਾ ਕਹਿ ਰਿਹਾ ਵੀ ਨਵਜੋਤ ਸਿੱਧੂ ਜੀ ਕੀ ਕਰ ਰਹੇ ਨੇ ਕੀ ਉਹਨਾਂ ਦਾ ਅੱਗੇ ਭਵਿੱਖ ਆ ਕੀ ਉਹਨਾਂ ਦੀ ਸੋਚ ਆ ਉਹਨਾਂ ਨੂੰ ਜ਼ਰੂਰ ਆ ਕੇ ਅੱਗੇ ਆ ਕੇ ਦੱਸਣੀ ਚਾਹੀਦੀ ਆ ਇੱਕ ਹਫ਼ਤੇ ਦੇ ਵਿੱਚ ਜਾਂ ਜੋ ਲੋਕਾਂ ਦੀ ਆਵਾਮ ਦੀ ਗੱਲ ਆ ਵੀ ਉਹਨਾਂ ਨੂੰ ਜਾਂ ਮਹਿਕਮਾ ਸਾਂਭ ਲੈਣਾ ਚਾਹੀਦਾ ਕੰਮ ਕਰਨਾ ਚਾਹੀਦਾ ਜਾਂ ਅਸਤੀਫਾ ਦੇ ਕੇ ਇਹ ਕਹਿਣਾ ਚਾਹੀਦਾ ਵੀ ਮੈਂ ਇਹ ਜ਼ਿੰਮੇਵਾਰੀ ਨਹੀਂ ਸਾਂਭ ਸਕਦਾ ਜਾਂ ਮੈਂ ਨਹੀਂ ਸਾਂਭਣੀ ਇਹ ਫੈਸਲਾ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਅਤੇ ਐਵੇਂ ਇੱਕ ਹਾਸੇ ਦਾ ਮਜ਼ਾਕ ਦਾ ਵਿਸ਼ਾ ਹੈ ਜਿਹੜਾ ਉਸ ਖਬਰਾਂ ਦਾ ਵਿਸ਼ਾ ਜਿਹੜਾ ਹਰ ਟੀ ਵੀ 'ਤੇ ਹਰ ਅਖਬਾਰ 'ਚ ਰੋਜ਼ ਇਹ ਖਬਰ ਆ ਰਹੀ ਆ ਮੈਂ ਸਮਝਦਾ ਕਿਤੇ ਨਾ ਕਿਤੇ ਪਾਰਟੀ ਨੂੰ ਵੀ ਨੁਕਸਾਨ ਹੋ ਰਿਹਾ ਅਤੇ ਲੋਕਾਂ 'ਚ ਜਿਹੜੀ ਛਵੀ ਆ ਆਪ ਦੀ ਨਵਜੋਤ ਸਿੱਧੂ ਜੀ ਉਹ ਵੀ ਖਰਾਬ